ਜੋ ਆਪਾਂ ਗੱਲ ਕਰਾਂਗੇ ਕਾਫ ਦੇ ਫਾਰਮੂਲੇ ਬਾਰੇ ਬਿਮਾਰੀਆਂ ਜਿੱਦਾਂ ਆਪਾਂ ਕਹਿ ਦਿੰਦੇ ਜਿਹੜੀਆਂ ਬਿਮਾਰੀਆਂ ਆਉਂਦੇ ਨੇ ਨਾਲ ਲੜਨ ਦੀ ਸਮਰੱਥਾ ਵਧੂਗੀ ਉਹ ਤਾਂ ਵਧੂਗੀ ਜੇ ਇਹਦਾ ਰਿਊਮਨ ਸਟਰੋਂਗ ਹੋਊ ਆਪਾਂ ਫੀਡ ਦੇ ਵਿੱਚ ਵਿਟਾਮਿਨਸ ਸਾਰੇ ਦਵਾਂਗੇ ਰੋ ਵਾਲੇ ਨੇਗੇ ਕਿਸੇ ਲਈ ਵੀ ਇਦਾਂ ਦੀ ਕੋਈ ਫਾਰਮੂਲੇਸ਼ਨ ਨਹੀਂ ਹੈਗੀ ਇੰਨੀ ਬਰੀਕੀ ਕਿ ਉਹ ਬਚਟੀਮ ਕੀਤਾ ਹੋਇਆਗਾ ਜਿੰਨਾ ਮਰਜ਼ੀ ਦੇ ਦਿਓ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਆਊਗੀ ਤਾਂ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਆ ਤੁਹਾਡੇ ਆਪਣੇ ਯੂਟਿਊਬ ਚੈਨਲ ਤੇ ਕਿਸਾਨ ਵੀਰੋ ਬਹੁਤ ਵੀਰਾਂ ਦੇ ਕਮੈਂਟ ਵੀ ਆਏ ਸੀਗੇ ਤੇ ਬਹੁਤ ਵੀਰ ਫੋਨ ਕਰਕੇ ਪੁੱਛ ਰਹੇ ਸੀਗੇ ਕਿ ਸਾਨੂੰ ਕਾਫ ਦਾ ਜਿਹੜਾ ਫਾਰਮੂਲਾ ਹੈਗਾ ਉਹ ਦੱਸੋ ਅੱਜ ਵੀਰੋ ਆਪਾਂ ਗੱਲ ਕਰਾਂਗੇ ਕਾਫ ਦੇ ਫਾਰਮੂਲੇ ਬਾਰੇ ਤੇ ਇਹਦੀ ਫੀਡ ਬਾਰੇ ਇਹਨੂੰ ਆਪਾਂ ਕਿਹੜੀ ਫੀਡ ਦੇਣੀ ਚਾਹੀਦੀ ਹੈਗੀ ਤੇ ਕਿਸ ਤਰ੍ਹਾਂ ਦੀ ਬਣਾਉਣੀ ਚਾਹੀਦੀ ਹੈਗੀ ਭਰਾਵੋ ਜਿੱਦਾਂ ਇਹ ਬੱਚਾ ਹੈਗਾ ਜੇ ਇਹਦਾ ਰੂਮਨ ਡਿਵੈਲਪਮੈਂਟ ਹੋਊਗਾ ਤਾਂ ਹੀ ਇਹ ਜਾ ਕੇ ਅੱਗੇ ਵੱਡਾ ਹੋ ਕੇ ਦੇਖੋ ਵਧੀਆ ਮਿਲਕ ਦਊਗਾ ਆਪਾਂ ਨੂੰ ਤੇ ਬਿਮਾਰੀਆਂ ਜਿੱਦਾਂ ਆਪਾਂ ਕਹਿ ਦਿੰਦੇ ਜਿਹੜੀਆਂ ਬਿਮਾਰੀਆਂ ਆਉਂਦੇ ਨੇਗੀਆਂ ਦੇਖੋ ਉਹਦੇ ਨਾਲ ਲੜਨ ਦੀ ਸਮਰੱਥਾ ਵਧੂਗੀ ਉਹ ਤਾਂ ਵਧੂਗੀ ਜੇ ਇਹਦਾ ਰਿਊਮਨ ਸਟਰੋਂਗ ਹੋਊਗਾ ਰਿਊਮਨ ਸਟਰੋਂਗ ਤਾਂ ਹੋਊਗਾ ਜੇ ਆਪਾਂ ਫੀਡ ਦੇ ਵਿੱਚ ਵਿਟਾਮਿਨਸ ਸਾਰੇ ਦੇਵਾਂਗੇ ਇਹਨਾਂ ਨੂੰ ਮਿਨਰਲਸ ਸਾਰੇ ਦੇਵਾਂਗੇ ਤੇ ਬੈਲੈਂਸ ਕਰਕੇ ਦੇਵਾਂਗੇ ਇਕੱਲਾ ਅਨਾਜ ਦੇਣ ਨਾਲ ਬੱਚਾ ਸਟਰੋਂਗ ਨਹੀਂ ਹੁੰਦਾ ਹੈਗਾ ਉਹਦੇ ਰੂਮਨ ਦੇ ਵਿੱਚ ਪ੍ਰੋਬਲਮ ਰਹਿੰਦੀ ਆ ਹਮੇਸ਼ਾ ਡਾਇਰੀਆ ਵਗੈਰਾ ਹੋ ਗਿਆ ਹਨਾ ਮੋਕ ਲੱਗ ਜਾਂਦੀ ਹੈਗੀ ਬੱਚੇ ਦੀ ਗਰੋਥ ਰੁਕ ਜਾਂਦੀ ਹੈਗੀ ਜਾਂ ਆਪਾਂ 20 ਲੀਟਰ 22 ਲੀਟਰ ਦੇ ਕਹਿ ਦਿੰਦੇ ਰੁਕ ਜਾਂਦਾ ਬੱਚਾ ਜਾ ਕੇ ਤੇ ਉਹ ਸਾਰੀਆਂ ਪ੍ਰੋਬਲਮ ਆਉਂਦੀਆਂ ਨੇਗੀਆਂ ਜਿੱਦਾਂ ਬੁਖਾਰ ਹੋ ਗਿਆ ਵੀ ਬੁਖਾਰ ਉੱਤਰ ਜਾਂਦਾ ਚੜ ਜਾਂਦਾ ਗਾ ਮਤਲਬ ਇਹ ਕੀ ਕਾਰਨ ਹੁੰਦਾ ਗਾ ਜਦੋਂ ਬੱਚੇ ਦਾ ਸ਼ੁਰੂ ਤੋਂ ਰਿਊਮਨ ਡਿਵੈਲਪਮੈਂਟ ਨਹੀਂ ਆਪਾਂ ਕਰਦੇ ਹੈਗੇ ਉਹ ਸਾਰੀਆਂ ਬਿਮਾਰੀਆਂ ਨੂੰ ਚੁੰਬੜਦੀਆਂ ਨੇਗੀਆਂ ਤੇ ਉਹ ਫਿਰ ਕੀ ਕਰਦੇ ਨੇ ਇਹਦੇ ਉੱਪਰ ਹੈਵੀ ਹੁੰਦੇ ਨੇਗੀਆਂ ਉਹ ਜਲਦੀ ਰਿਕਵਰੀ ਨਹੀਂ ਕਰਦਾ ਕਾਰਨ ਰਿਊਮਨ ਆਪਾਂ ਦਾ ਸਟਰੋਂਗ ਨਹੀਂ ਕਰਦੇ ਅੱਜ ਮੈਂ ਤੁਹਾਨੂੰ ਇਕੱਲੀ ਇਕੱਲੀ ਗੱਲ ਦੱਸੂਗਾ ਬੱਚਾ ਕਿਵੇਂ ਤਿਆਰ ਕਰਨਾ ਗਾ ਵੀਰੋ ਜੇ ਤਾਂ ਤੁਸੀਂ ਇਹ ਚੀਜ਼ ਕਰੋਗੇ ਦੇਖੋ ਫਿਰ ਤਾਂ ਤੁਸੀਂ ਕਾਮਯਾਬ ਹੋਵੋਗੇ ਜੇ ਤੁਸੀਂ ਇਹ ਚੀਜ਼ ਨਹੀਂ ਕਰੋਗੇ ਇਹ ਮਤਲਬ ਤੁਹਾਨੂੰ ਇਹ ਚੀਜ਼ ਦਾ ਨਹੀਂ ਪਤਾ ਹੈਗਾ ਕਿ ਆਖਰ ਦੇ ਵਿੱਚ ਬੱਚਾ ਸ਼ੁਰੂ ਤਿਆਰ ਕਿਵੇਂ ਕਰਨਾ ਉਹਦਾ ਰਿਊਮਨ ਕਿਵੇਂ ਸਟਰੋਂਗ ਕਰਨਾ ਤੁਸੀਂ ਚਾਹੇ ਜਿੰਨੀ ਮਰਜ਼ੀ ਮਹਿੰਗੀ ਚਾਹੇ 50 ਰੁਪਏ ਕਿਲੋ ਵਾਲੀ ਫੀਡ ਪਾ ਲਿਓ ਜਦੋਂ ਇਹ ਵੱਡਾ ਹੋ ਗਿਆ 20-22 ਲੀਟਰ ਤੋਂ ਤੁਸੀਂ ਦੁੱਧ ਵੱਧ ਲੈ ਨਹੀਂ ਸਕਦੇ ਗਰੰਟੀ ਨਾਲ ਕਹਿਣਾ ਗਾ ਮੈਂ ਜੇ ਤੁਸੀਂ ਵੀਰੋ ਇਹਦਾ ਰਿਊਮਨ ਸਟਰੋਂਗ ਕਰੋਗੇ ਕੋਈ ਇਹਨੂੰ ਪ੍ਰੋਬਲਮ ਨਹੀਂ ਆਊਗੀ ਜੇ ਆਊਗੀ ਤਾਂ ਰਿਕਵਰੀ ਜਲਦੀ ਕਰੂਗੀ ਤੇ ਉਸ ਤੋਂ ਬਾਅਦ ਫੀਡ ਚਾਹੇ 30 ਰੁਪਏ ਕਿਲੋ ਪਾ ਦਿਓ ਤਾਂ ਵੀ ਇਹ 40-40 ਲੀਟਰ ਦੁੱਧ ਦੇਣਗੀਆਂ ਉਹ ਅੱਜ ਤੁਹਾਨੂੰ ਮੈਂ ਦੱਸਦਾ ਵੀਰੋ ਜਿਹੜਾ ਰਿਊਮਨ ਸਟਰੋਂਗ ਕਿਵੇਂ ਹੁੰਦਾ ਗਾ ਰਿਊਮਨ ਸਟਰੋਂਗ ਹੋਊਗਾ ਮੈਡੀਸਨ ਨਾਲ ਜਿੱਦਾਂ ਵਿਟਾਮਿਨਸ ਹੋ ਗਏ ਏ ਬੀ ਕੇ ਬਹੁਤ ਤਰ੍ਹਾਂ ਦੇ ਹੁੰਦੇ ਨੇਗੇ ਮਿਨਰ ਵੀ ਬਹੁਤ ਤਰ੍ਹਾਂ ਦੇ ਹੁੰਦੇ ਨੇਗੇ ਕਿਉਂਕਿ ਜਦੋਂ ਆਪਾਂ ਮਾਂ ਦਾ ਦੁੱਧ ਘਟਾਉਂਦੇ ਜਾਂਦੇ ਹਾਂਗੇ ਬੱਚੇ ਨੂੰ ਤਾਂ ਆਪਾਂ ਨੂੰ ਫੀਡ ਇਸ ਤਰ੍ਹਾਂ ਦੀ ਦੇਣੀ ਚਾਹੀਦੀ ਹੈਗੀ ਜਿਹਦੇ ਵਿੱਚ ਉਹ ਸਾਰੇ ਮਿਨਰਲਸ ਵਿਟਾਮਿਨਸ ਹੋਣ ਜੋ ਇਹਨਾਂ ਦਾ ਰਿਊਮਨ ਆ ਉਹਨੂੰ ਸਟਰੋਂਗ ਕਰਨ ਤੇ ਇਹਨਾਂ ਨੂੰ ਮੋਕ ਨਾ ਲੱਗੇ ਅੱਗੇ ਜੇ ਜਦੋਂ ਇਹਨਾਂ ਦੀ ਗਰੋਥ ਹੁੰਦੀ ਹੈਗੀ ਕਈ ਵਾਰੀ ਚਲੋ ਬੁਖਾਰ ਹੁੰਦਾ ਹੋਰ ਪ੍ਰੋਬਲਮਾਂ ਆਉਂਦੀਆਂ ਨੇਗੀਆਂ ਇਹਨਾਂ ਦੀ ਰਿਕਵਰੀ ਜਲਦੀ ਹੋਵੇ ਤੇ ਉਹ ਬਿਮਾਰੀ ਨਾਲ ਲੜਨ ਦੀ ਸਮਰੱਥਾ ਜ਼ਿਆਦਾ ਹੋਵੇ ਤੇ ਭਰਾਵੋ ਹੁਣ ਇੰਨੀ ਬਰੀਕ ਚੀਜ਼ ਆਪਾਂ ਜੇ ਆਪਦੀ ਫੀਡ ਤਿਆਰ ਕਰਵਾਵਾਂਗੇ ਉਹ ਨਹੀਂ ਬਣਵਾ ਸਕਦੇ ਹੈਗੇ ਕਿਉਂਕਿ ਇਸ ਬੱਚੇ ਨੇ ਮੰਨ ਲਓ ਮਹੀਨੇ ਦੇ ਵਿੱਚ 25 ਕਿਲੋ ਫੀਡ ਖਾਣੀ ਹੈਗੀ ਤੇ ਆਪਾਂ ਹੁਣ ਜਿਹੜਾ ਘਾਣਾ ਗਾ ਉਹ 3 ਕੁਇੰਟਲ ਤੋਂ ਘੱਟ ਨਹੀਂ ਤਿਆਰ ਹੁੰਦਾ ਨਹੀਂ ਮਿਕਸੀਬਿਲਟੀ ਬਣਦੀ ਹੈਗੀ ਪਹਿਲੀ ਗੱਲ ਤਾਂ ਦੇਖੋ 3 ਕੁਇੰਟਲ ਲੈ ਕੇ ਆਵਾਂਗੇ ਆਪਾਂ ਉਹ ਆਪਣੀ ਸਾਰੀ ਵੇਸਟੇਜ ਆ ਗਈ ਕਿਉਂਕਿ ਬੱਚਿਆਂ ਦੀ ਫੀਡ ਆ ਜਿਹੜੀ ਉਹ ਆਪਾਂ 20-22 ਦਿਨ ਤੱਕ ਰੱਖ ਸਕਦੇ ਹਾਂਗੇ ਉਦੋਂ ਬਾਅਦ ਦੇਖੋ ਉਹ 'ਚ ਫੰਗਸ ਪੈ ਜਾਣਗੇ ਕਿਉਂਕਿ ਰੋ ਤਾਂ ਵੈਸੇ ਵੀ ਨਹੀਂ ਆਪਾਂ ਜ਼ਿਆਦਾ ਟਾਈਮ ਰੱਖ ਸਕਦੇ ਹੈਗੇ ਜਿਹੜਾ ਅਨਾਜ ਕੱਚਾ ਹੁੰਦਾ ਗਾ ਤੇ ਵੀਰੋ ਤੇ ਕੋਈ ਵੀ ਮਤਲਬ ਜਿਹੜੇ ਫੀਡ ਫੈਕਟਰੀ ਵਾਲਾ ਜਿਹੜੀ ਰੋ ਵਾਲੇ ਨੇਗੇ ਕਿਸੇ ਲਈ ਵੀ ਇੱਦਾਂ ਦੀ ਕੋਈ ਫਾਰਮੂਲੇਸ਼ਨ ਨਹੀਂ ਹੈਗੀ ਇੰਨੀ ਬਰੀਕੀ ਕਿ ਉਹ ਬੱਚੇ ਤੇ ਕੰਮ ਕਰ ਸਕਣ ਕਿਉਂਕਿ ਵੀਰੋ ਇਹ ਆਪਣੀ ਹੋਂਦ ਹੈਗੀ ਡੈਰੀ ਫਾਰਮ ਦੀ ਜਿਸ ਤਰ੍ਹਾਂ ਮੈਂ ਇਗਜ਼ਾਮਪਲ ਦਿੰਦਾਗਾ ਜਦੋਂ ਆਪਾਂ ਕੋਈ ਵੀ ਬਿਲਡਿੰਗ ਸ਼ੁਰੂ ਕਰਦੇ ਹਾਂਗੇ ਦੇਖੋ ਹਮੇਸ਼ਾ ਜਿਹੜੀ ਹੋਂਦ ਉਹਦੀ ਨੀਂਹ ਹੈਗੀ ਉਹਨੂੰ ਸਟਰੋਂਗ ਕਰਦੇ ਨੇ ਫਿਰ ਉਹ ਜਿੰਨੀ ਮਰਜ਼ੀ ਮੰਜ਼ਲੀ ਲੈ ਜਾਓ ਉੱਪਰ ਤੱਕ ਇਸ ਤਰ੍ਹਾਂ ਡੈਰੀ ਫਾਰਮ ਦੀ ਇਹ ਹੋਂਦ ਹੈਗੀ ਜੇ ਇਹਨੂੰ ਤੁਸੀਂ ਸਟਰੋਂਗ ਕਰ ਲਓਗੇ ਡੈਰੀ ਫਾਰਮ ਨੂੰ ਜਿੱਥੇ ਮਰਜ਼ੀ ਲੈ ਜਾਓ ਜੇ ਵੀਰੋ ਇਹਦਾ ਰਿਊਮਨ ਮਤਲਬ ਸਟਰੋਂਗ ਨਹੀਂ ਕਰੋਗੇ ਹਨਾ ਫਿਰ ਇਹ ਦੁੱਧ ਵੀ 20-22 ਤੇ ਰੁਕ ਜਾਣਗੀਆਂ ਆ ਕੇ ਤੇ ਫਿਰ ਮਤਲਬ ਉਹ ਡੈਰੀ ਫਾਰਮ ਆਪਣਾ ਕਾਮਯਾਬ ਨਹੀਂ ਹੈਗਾ ਇਹ ਸੱਚੀਆਂ ਗੱਲਾਂ ਨੇਗੀਆਂ ਤੇ ਕਿਸਾਨ ਭਰਾਵੋ ਆਪਾਂ ਕਦੇ ਮਤਲਬ ਰੋ ਫੀਡ ਆ ਜਿਹੜੀ ਉਹ ਕਦੇ ਨਹੀਂ ਪਾਈ ਹੈਗੀ ਇੱਕ ਵਾਰੀ ਮੈਂ ਪੰਗਾ ਜ਼ਰੂਰ ਲੈਤਾ ਸੀਗਾ ਹਨਾ ਤੁਸੀਂ ਯਕੀਨ ਮੰਨਿਓ 10 ਦਿਨ ਮੋਕ ਨਹੀਂ ਹੱਟੀ ਹੈਗੀ ਫਿਰ ਉਹ ਮੈਂ ਫੀਡ ਰੂੜੀ ਤੇ ਛੱਡਤੀ ਕਿਉਂਕਿ ਮੈਂ ਸੋਚਿਆ ਕਿ ਫੀਡ ਪਾਉਣ ਦੇ ਚੱਕਰ ਦੇ ਵਿੱਚ ਕਦੇ ਮੈਂ ਆਪਦੇ 2 ਬੱਚੇ ਨੇ ਜਿਹੜੇ ਇਹੀ ਨਾ ਗਵਾ ਲਾ ਤੇ ਵੀਰੋ ਉਹਨਾਂ ਦੀ ਗਰੋਥ ਰੁਕ ਗਈ ਤੇ ਮਸਾਂ ਉਹਨਾਂ ਦੀ ਮੋਕ ਹਟਾਈ ਈਸਟ ਦਿੱਤੇ ਉਹਨਾਂ ਨੂੰ ਮਤਲਬ ਉਹ ਇਸ ਤਰ੍ਹਾਂ ਉਹਨਾਂ ਦਾ ਫੀਡ ਤੋਂ ਨੱਕੇ ਮੁੜ ਗਿਆ ਸੀਗਾ ਦੂਸਰੀ ਫੀਡ ਵੀ ਖਾਣੋਂ ਹਟ ਗਏ ਸੀਗੇ ਉਹ ਤੇ ਵੀਰੋ ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਹੁਣ ਕਈ ਫਾਰਮਰ ਪਾਉਂਦੇ ਨੇਗੇ ਰੋ ਤੇ ਉਹ ਕੀ ਕਰਦੇ ਨੇਗੇ ਦੇਖੋ ਉਹਨਾਂ ਦਾ ਜੋ ਸੂਆ ਗਾ ਨਾ ਮਤਲਬ ਐਨੀਮਲ 15-15 ਐਨੀਮਲਾਂ ਦਾ ਪੈਂਦਾ ਗਾ ਇੱਕ ਤਾਂ ਦੇਖੋ ਉਹ ਕੀ ਕਰਦੇ ਨੇਗੇ ਉਹਨਾਂ ਦੀ ਲਾਗਤ ਜ਼ਿਆਦਾ ਹੁੰਦੀ ਹੈਗੀ ਕੁਛ ਵੀਰੋ ਕੀ ਹੁੰਦਾ ਗਾ ਜਿਹੜੇ ਵਿਟਾਮਿਨ ਮਿਨਰਲਸ ਹੁੰਦੇ ਨੇਗੇ ਹਨਾ ਉਹਨਾਂ ਦੀ ਜਿਹੜੀ ਲਾਗਤ ਹੈਗੀ ਜ਼ਿਆਦਾ ਹੋਣ ਕਰਕੇ ਉਹ ਆਪਦਾ ਬੈਲੈਂਸ ਕਰਕੇ ਪਵਾ ਲੈਂਦੇ ਨੇਗੇ ਕਿਉਂਕਿ ਐਕਸਪੀਰੀਅੰਸ ਦੀ ਵੀ ਗੱਲ ਹੁੰਦੀ ਹੈਗੀ ਵੱਖੋ ਵੱਖਰਾ ਐਕਸਪੀਰੀਅੰਸ ਹੁੰਦਾ ਆਪੋ ਆਪਣਾ ਹਨਾ ਤਜਰਬਾ ਹੁੰਦਾ ਗਾ
ਪਰ ਜਿੱਦਾਂ ਸਮਾਲ ਡੇਅਰੀ ਫਾਰਮ ਹੈਗਾ ਹਨਾ ਉਹਨਾਂ ਨੂੰ ਇਹ ਚੀਜ਼ਾਂ ਦਾ ਪੰਗਾ ਨਹੀਂ ਲੈਣਾ ਚਾਹੀਦਾ ਜੇ ਪੰਗੇ 'ਚ ਪਾਉਂਗੇ ਕਦੇ ਗਰੋਥ ਨਹੀਂ ਹੁੰਦੀ ਹੈਗੀ ਆਪਾਂ ਵੀਰੋ ਜਿਹੜੀ ਸਟੀਮ ਫੀਡ ਹੀ ਇਹਨਾਂ ਨੂੰ ਪਾਉਣੇ ਹੈਗੇ ਬੱਚਿਆਂ ਨੂੰ ਹੁਣ ਜਿਸ ਤਰ੍ਹਾਂ ਵੀਰੋ ਹੁਣ ਗੱਲ ਆ ਜਾਂਦੀ ਆ ਫੀਡ ਦੀ ਜਿੱਦਾਂ 24% ਪ੍ਰੋਟੀਨ ਚਾਹੀਦਾ ਹੈਗਾ ਸਾਰੀ ਮੈਡੀਸਨ ਚਾਹੀਦੀ ਹੈਗੀ ਉਹ ਤੁਸੀਂ ਹੁਣ ਵਿਟਾਮਿਨ ਏ ਕੇ ਮਤਲਬ ਫੈਕਟਰੀ ਤੋਂ ਨਹੀਂ ਪਵਾ ਸਕਦੇ ਹੈਗੇ ਤਾਂ ਕਰਕੇ ਜਿਹੜੇ ਵੀਰ ਮਤਲਬ ਮੈਸੇਜ ਕਰ ਰਹੇ ਸੀਗੇ ਹਨਾ ਵੀ ਹਾਂ ਜੀ ਦੱਸੋ ਤਾਂ ਮੈਂ ਉਹਨਾਂ ਨੂੰ ਇਹੀ ਰਿਕੁਐਸਟ ਕਰੂੰਗਾ ਕਿ ਤੁਸੀਂ ਜਿਹੜੀ ਫੀਡ ਹੈਗੀ ਉਹ ਆਪਦੀ ਸਟੀਮ ਪਾਓ ਜਿਸ ਤਰ੍ਹਾਂ ਕਿਸਾਨ ਵੀਰੋ ਆਪਾਂ ਨਾ ਕਾਰਗਿਲ ਦਾ ਜੋ ਸੁਪਰ ਕਾਫ ਆਉਂਦਾ ਹੈਗਾ ਉਹ ਪਾ ਰਹੇਗੇ ਤੇ ਵੀਰੋ ਇਹ ਦੇਖੋ ਸਟੀਮ ਕੀਤਾ ਹੋਇਆ ਹੈਗਾ ਜਿੰਨਾ ਮਰਜ਼ੀ ਦੇ ਦਿਓ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਇਹ ਜਲਦੀ ਡਾਇਜੈਸਟ ਹੋਊਗਾ ਤੇ ਨਾਲੇ ਬੱਚੇ ਦੀ ਗਰੋਥ ਬਹੁਤ ਵਧੀਆ ਹੋਊਗੀ ਤੇ ਭਰਾਵੋ ਜੇ ਤੁਸੀਂ ਕੱਚੀ ਫੀਡ ਪਾਓਗੇ ਉਹਨੇ ਡਾਇਜੈਸਟ ਨਹੀਂ ਹੋਣਾ ਹੈਗਾ ਨਾਲੇ ਉਹਦੇ ਨਾਲ ਗਰੋਥ ਨਹੀਂ ਆਉਣੀ ਹੈਗੀ ਤੇ ਉਹ ਐਕਸਪੈਰੀਮੈਂਟ ਆਪਾਂ ਨੂੰ ਕੋਈ ਕਰਨ ਦੀ ਜ਼ਰੂਰਤ ਨਹੀਂ ਹੈਗੀ ਬਾਕੀ ਵੀਰੋ ਮਤਲਬ ਕਾਰਗਿਲ ਦਾ ਆਪਾਂ ਪਾ ਰਹੇ ਤੁਸੀਂ ਆਪਦਾ ਜੇ ਤੁਹਾਨੂੰ ਕੋਈ ਆਪਦੇ ਏਰੀਆ ਦੇ ਵਿੱਚ ਹਨਾ ਵਧੀਆ ਕਿਸੇ ਹੋਰ ਕੰਪਨੀ ਦਾ ਰਿਜ਼ਲਟ ਮਿਲ ਰਿਹਾ ਹੈਗਾ ਜਿਹਦਾ ਤੁਹਾਨੂੰ ਪੂਰਾ ਟਰਸਟਡ ਹੈਗਾ ਤੁਸੀਂ ਉਹ ਪਾ ਸਕਦੇ ਹੋਗੇ ਮਤਲਬ ਜ਼ਰੂਰੀ ਨਹੀਂ ਹੈਗਾ ਕਾਰਗਿਲ ਦਾ ਪਾਉਣਾ ਹੈਗਾ ਪਰ ਆਪਾਂ ਨੂੰ ਇਸ ਦਾ ਰਿਜ਼ਲਟ ਵਧੀਆ ਮਿਲ ਰਿਹਾ ਹੈਗੇ ਤਾਂ ਕਰਕੇ ਆਪਾਂ ਸ਼ੁਰੂ ਤੋਂ ਇਹ ਪਾ ਰਹੇ ਪਹਿਲਾਂ ਇਹ ਪੈਕਿੰਗ ਇਹਦੀ ਲਾਲ ਆਉਂਦੀ ਸੀਗੀ ਪਰ ਇਹਨਾਂ ਨੇ ਥੋੜੀ ਇੰਪਰੂਵਮੈਂਟ ਕਰਕੇ ਸੁਪਰ ਕਾਫ ਤੇ ਇਹ ਲਿਆ ਏ ਤੇ ਵੀਰੋ ਇਹ ਜ਼ਰੂਰ ਪਾਵੋ ਤੁਸੀਂ ਹਨਾ ਵੀ ਆਪਦਾ ਸਟੀਮ ਕਰੀ ਹੋਈ ਪਾਵੋ ਤੇ ਹੁਣ ਵੀਰੋ ਤੁਹਾਡੇ ਨਾਲ ਆਪਾਂ ਗੱਲ ਕਰਦੇ ਹਾਂਗੇ ਹੁਣ ਮੇਰੇ ਕਈ ਮਿੱਤਰ ਨੇ ਫਾਰਮਰ ਵੀਰ ਉਹ ਕੀ ਕਰਦੇ ਸੀ ਪਹਿਲਾਂ ਮਤਲਬ ਰੋ ਸੀ ਜਿਹੜੀ ਕੱਚੀ ਫੀਡ ਬਣਾਉਂਦੇ ਸੀਗੇ ਹੁਣ ਕਈ ਜਿਹੜੇ ਫੀਡ ਫੈਕਟਰੀ ਵਾਲੇ ਨੇਗੇ ਉਹ ਨਾ ਵੀਰੋ ਰੋ ਦੇ ਨਾਲ ਨਾਲ ਉਹਨਾਂ ਨੇ ਮਤਲਬ ਸਿਸਟਮ ਲਾ ਲਿਆ ਜਿਹੜਾ ਫੀਡ ਨੂੰ ਪੈਲਟ ਕਰਦਾ ਹੈਗਾ ਸਟੀਮ ਕਰਦਾ ਹੈਗਾ ਕਿਉਂਕਿ ਉਹ ਜਿਹੜੀ ਕੱਚੀ ਫੀਡ ਹੈਗੀ ਉਹ ਡਾਇਜੈਸਟ ਹੋਣ ਦੇ ਵਿੱਚ ਥੋੜ੍ਹੀ ਦਿੱਕਤ ਦੇ ਰਹੀ ਹੈਗੀ ਤਾਂ ਕਰਕੇ ਹੁਣ ਜਿਹੜੇ ਫੀਡ ਫੈਕਟਰੀ ਵਾਲੇ ਨੇਗੇ ਉਹ ਨਾ ਆਪਦਾ ਉਹਨਾਂ ਨੇ ਪ੍ਰੋਜੈਕਟ ਲਾ ਲਿਆ ਵੀ ਮਤਲਬ ਉਹ ਜਿਹੜਾ ਅਨਾਜ ਉਹਨੂੰ ਪਕਾਉਣ ਲੱਗ ਗਏ ਤਾਂ ਕਰਕੇ ਫਾਰਮਰ ਨੇ ਜਿਹੜੇ ਬਹੁਤ ਹੀ ਮਤਲਬ ਬਹੁਤ ਫਾਰਮਰ ਕੀ ਕਰਨ ਲੱਗ ਗਏ ਜਿਹੜਾ ਅਨਾਜ ਆ ਉਹਨੂੰ ਸਟੀਮ ਕਰਾਉਣ ਲੱਗ ਗਏ ਤਾਂ ਕਰਕੇ ਵੀਰੋ ਇਹ ਹੌਲੀ ਹੌਲੀ ਇੱਕ ਟਾਈਮ ਆਊਗਾ ਜਦੋਂ ਆਪਾਂ ਨੂੰ ਸਟੀਮ ਫੀਡ ਪਾਉਣੀ ਪਊਗੀ ਕਿਉਂਕਿ ਪਕਾਈ ਹੋਈ ਚੀਜ਼ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਉਹ ਜਲਦੀ ਹਾਜ਼ਮ ਹੁੰਦੀ ਹੈ ਕਿ ਜਲਦੀ ਹਾਜ਼ਮ ਹੋਊਗੀ ਉਹਦੇ ਨਾਲ ਕੀ ਹੈਗਾ ਸਾਰੇ ਐਨੀਮਲਾਂ ਦੀ ਇੰਪਰੂਵਮੈਂਟ ਜ਼ਿਆਦਾ ਹੋਊਗੀ ਤੇ ਵੀਰੋ ਪਹਿਲਾਂ ਆਪਸ਼ਨ ਨਹੀਂ ਹੁੰਦੀ ਸੀਗੀ ਤਾਂ ਕਰਕੇ ਰੋ ਮਤਲਬ ਪਾਉਂਦੇ ਸੀਗੇ ਤੇ ਹੁਣ ਹੌਲੀ ਹੌਲੀ ਜਿਉਂ ਜਿਉਂ ਆਪਾਂ ਅੱਗੇ ਚੀਜ਼ਾਂ ਦੀ ਸਟੱਡੀ ਕਰਦੇ ਹਾਂਗੇ ਪੜ੍ਹਦੇ ਹਾਂਗੇ ਤੇ ਫਿਰ ਆਪਾਂ ਨੂੰ ਪਤਾ ਲੱਗਦਾ ਹੈਗਾ ਕਿ ਮਤਲਬ ਕਿਹਦਾ ਜ਼ਿਆਦਾ ਬੈਨੀਫਿਟ ਹੈਗਾ ਕਿਸਾਨ ਭਰਾਵੋ ਤੇ ਆਪਾਂ ਹੁਣ ਥੋੜ੍ਹੇ ਤੁਹਾਡੇ ਨਾਲ ਥੋੜ੍ਹੀ ਬਹੁਤ ਗੱਲ ਕਰ ਲਈ ਆਪਣੇ ਐਕਸਪੀਰੀਅੰਸ ਦੀ ਵੀਰੋ ਅੱਜ ਤੋਂ 8-10 ਸਾਲ ਪਹਿਲਾਂ ਮੈਂ ਵੀ ਮਤਲਬ ਇੱਦਾਂ ਫਾਰਮਾਂ ਤੇ ਚਲਾ ਜਾਂਦਾ ਸੀਗਾ ਨਾ ਜਿਹੜੇ ਵੱਡੇ ਫਾਰਮ ਸੀਗੇ ਵੀ ਚਲੋ ਆਪਾਂ ਤਜਰਬਾ ਵੀ ਲੈ ਆਈਏ ਹਨਾ ਉਹ ਬਸ ਇੱਕ ਤਰ੍ਹਾਂ ਦਾ ਨਾ ਹਾਂਜੀ ਹਾਂਜੀ ਕਹਿ ਕੇ ਵੀ ਹਾਂਜੀ ਆਹ ਕਰ ਲਓ ਇੱਦਾਂ ਕਰ ਲਓ ਕੋਈ ਮਤਲਬ ਨਾ ਜਿਹੜੀ ਡੈਰੀ ਫਾਰਮ ਦੀ ਸੀਕਰੇਟ ਚੀਜ਼ਾਂ ਨੇਗੀਆਂ ਜਿਹੜੀਆਂ ਡੂੰਘੀਆਂ ਚੀਜ਼ਾਂ ਨੇ ਕੋਈ ਨਹੀਂ ਦੱਸਦਾ ਹੈਗਾ ਮਤਲਬ ਇਹ ਚੀਜ਼ਾਂ ਬਹੁਤ ਘੱਟ ਨੇਗੇ ਮੈਨੂੰ ਲੱਗਦਾ 1-2 ਹੀ ਹੋਣਗੇ ਜੇ ਥੋੜ੍ਹਾ ਬਹੁਤ ਦੱਸਣਗੇ ਨਹੀਂ ਦੱਸਦਾ ਹੈਗਾ ਆਪਦੇ ਸੀਕਰੇਟ ਆਪਦੀ ਕਾਮਯਾਬੀ ਵਾਲਾ ਰਾਜ ਵੀ ਅਸੀਂ ਕੀ ਪਾ ਰਹੇ ਹਾਂਗੇ ਕਿਸ ਤਰ੍ਹਾਂ ਇਹ ਚੀਜ਼ ਨੂੰ ਕਰ ਰਹੇ ਹਾਂਗੇ ਤੇ ਵੀਰੋ ਫਿਰ ਆਪਣੇ ਕੀ ਕਰਿਆ ਖੈੜੀ ਛੱਡਦਾ ਹਰ ਇੱਕ ਕਿਤੇ ਨਹੀਂ ਆਪਾਂ ਜਾਂਦੇ ਹੈਗੇ ਵੀਰੋ ਆਪਣੇ ਆਪਦੇ ਫਾਰਮ ਦੇ ਪ੍ਰੈਕਟੀਕਲ ਕੀਤੇ ਸਾਰੇ ਤੇ ਉਸ ਤੋਂ ਬਾਅਦ ਵੀਰੋ ਪ੍ਰੈਕਟੀਕਲ ਕੀਤੇ ਹਨਾ ਆਪਦੀ ਸਟੱਡੀ ਕੀਤੀ ਮਤਲਬ ਇਹ ਚੀਜ਼ ਨੂੰ ਸਾਰੀ ਨੂੰ ਸਮਝਿਆ ਵੀ ਕੀ ਡਰਾਈ ਮੈਟਰ ਹੁੰਦਾ ਗਾ ਕਿਵੇਂ ਦੇਣਾ ਗਾ ਕਿਵੇਂ ਸੈਲਜ ਪਾਉਣਾ ਗਾ ਕੀ ਸਟਾਰਚ ਹੁੰਦਾ ਗਾ ਹਨਾ ਕਿਹਨੂੰ ਕੀ ਕਹਿੰਦੇ ਨੇਗੇ ਤੇ ਡਰਾਈ ਪੀਰੀਅਡ ਦੇ ਵਿੱਚ ਐਨੀਮਲਾਂ ਦੀ ਕਿੱਦਾਂ ਕੇਅਰ ਕਰਨੀ ਹੈਗੀ ਹਰ ਇੱਕ ਚੀਜ਼ ਆਪਣੇ ਪ੍ਰੈਕਟੀਕਲ ਕਰ ਦੇਖ ਦੇਖ ਕੇ ਵੀਰੋ ਅੱਜ ਆਪਣੇ 'ਚ ਹਰ ਇੱਕ ਚੀਜ਼ ਦੀ ਸਮਰੱਥਾ ਹੈਗੀ ਕਿ ਆਪਾਂ ਹਰ ਇੱਕ ਚੀਜ਼ ਆਪਦੇ ਆਪ ਕਰ ਸਕਦੇ ਹਾਂਗੇ ਤੇ ਵੀਰੋ ਇੰਨੀ ਕੁ ਕਪੈਸਿਟੀ ਹੈਗੀ ਹੈਗੀ ਕਿ ਜੇ 1 ਸਾਲ ਦੇ ਵਿੱਚ 4 ਕੁਇੰਟਲ ਦਾ ਆਪਾਂ ਬੱਚਾ ਤਿਆਰ ਕਰ ਸਕਦੇ ਹਾਂਗੇ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੈਗੀ ਤੇ ਆਪਾਂ ਤੁਹਾਨੂੰ ਹੋਰ ਵੀ ਬਹੁਤ ਵੀਡੀਓਜ਼ ਬਣਾਵਾਂਗੇ ਜਿੱਦਾਂ ਮਿਨਰਸ ਹੋ ਗਏ ਜਿੱਦਾਂ ਮਿਨਰ ਤਾਂ ਆਪਾਂ ਲੈ ਆਉਣੇ ਹਾਂਗੇ ਪਰ ਉਹ ਪਾਉਣਾ ਕਿੱਦਾਂ ਗਾ ਵੀ 100% ਰਿਜ਼ਲਟ ਮਿਲੇ ਆਪਾਂ ਨੂੰ ਉਹ ਚੀਜ਼ ਦਾ ਹਜੇ ਉਨਾ ਪਤਾ ਨਹੀਂ ਹੁੰਦਾ ਹੈਗਾ ਆਪਾਂ 50% ਹੀ ਉਦੋਂ ਰਿਜ਼ਲਟ ਲੈਂਦੇ ਹਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਸਾਰੀਆਂ ਮਤਲਬ ਅੱਗੇ ਹਰ ਇੱਕ ਚੀਜ਼ 'ਤੇ ਵੀਡੀਓ ਬਣੂਗੀ ਬਹੁਤ ਸਮੱਸਿਆ ਆ ਰਹੀ ਹੈਗੀ ਰਿਪੀਟਿੰਗ ਦੀ ਉਹ ਵੀ ਆਪਾਂ ਜਲਦੀ ਵੀਡੀਓ ਬਣਾਵਾਂਗੇ ਪਹਿਲਾਂ ਤੁਹਾਨੂੰ ਕਾਰਨ ਦੱਸਾਂਗੇ ਰਿਪੀਟਿੰਗ ਦੇ ਕਾਰਨ ਕੀ ਨੇਗੇ ਕਿਉਂਕਿ ਜੇ ਤੁਹਾਨੂੰ ਸਿੱਧਾ ਆਪਾਂ ਨੇ ਉਹਦਾ ਮੈਥਡ ਦੱਸਤਾ ਵੀ ਤੁਸੀਂ ਇੱਦਾਂ ਕਰਕੇ ਪ੍ਰੈਗਨੈਂਟ ਕਰ ਲਓ ਤੁਸੀਂ ਕਰ ਲਓਗੇ ਪਰ ਉਹ ਅਗਲੀ ਵਾਰੀ ਫਿਰ ਗਲਤੀਆਂ ਹੋਣਗੀਆਂ ਤਾਂ ਕਰਕੇ ਵੀਰੋ ਪਹਿਲਾਂ ਆਪਾਂ ਤੁਹਾਨੂੰ ਕਾਰਨ ਦੱਸਾਂਗੇ ਜਿਹੜੇ ਮੇਨ ਕਾਰਨ ਨੇ ਪਹਿਲਾਂ ਤਾਂ ਉਹ ਤੁਸੀਂ ਦੂਰ ਕਰੋ ਕਿ ਅਗਲੀ ਵਾਰ ਤੁਹਾਨੂੰ ਇਹ ਚੀਜ਼ਾਂ ਦੀ ਸਮੱਸਿਆ ਨਾ ਆਵੇ ਤੇ ਕਿਸਾਨ ਭਰਾਵੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਵੀਰਾਂ ਨੂੰ ਪਤਾ ਲੱਗੇ ਕਿ ਜਿਹੜਾ ਆਪਣਾ ਸਮਾਲ ਡੇਅਰੀ ਫਾਰਮ ਹੈਗਾ 40-50 ਐਨੀਮਲਾਂ ਤੱਕ ਜਾਂ ਉਦੋਂ ਨੀਚੇ ਕਿ ਆਪਾਂ ਨੂੰ ਜਿਹੜੀ ਰੋ ਆ ਗਈ ਰੋ ਵਾਲੀ ਚੀਜ਼ ਵੱਲ ਥੋੜ੍ਹਾ ਘੱਟ ਜਾਣਾ ਚਾਹੀਦਾ ਹੈਗਾ ਜਿਹੜੀ ਸਟੀਮ ਵਾਲੀ ਆ ਗਈ ਉਹਨੂੰ ਐਡ ਕਰਨਾ ਚਾਹੀਦਾ ਹੈਗਾ ਨਾਲ ਜਿੱਦਾਂ ਵੀਰੋ ਜਿਹੜੇ ਬੱਚੇ ਨੇਗੇ ਦੇਖੋ ਉਹਨਾਂ ਨੂੰ ਤਾਂ ਕਦੇ ਵੀ ਭੁੱਲ ਕੇ ਤੁਸੀਂ ਰੋ ਨਾ ਪਾਇਓ ਜਦੋਂ ਬੱਚੇ ਆਪਣੇ 4 ਮਹੀਨੇ ਤੋਂ ਉੱਪਰ ਹੋ ਜਾਂਦੇ ਨੇਗੇ ਮੈਂ ਫਾਰਮੂਲੇਸ਼ਨ ਦੱਸੀ ਹੋਈ ਹੈਗੀ ਉਹਦੇ ਨਾਲ ਤੁਸੀਂ ਸਟੀਮ ਫੀਡ ਐਡ ਕਰ ਸਕਦੇ ਹੋਗੇ ਜਿੱਦਾਂ ਮੈਂ ਦੱਸਿਆ ਸੀ ਮੈਂ ਡੈਰੀ ਪ੍ਰੋਟੀਨ ਨਾਲ ਪਾ ਰਿਹਾ ਹਾਂਗਾ ਤੇ ਕਮੈਂਟ ਕਰਕੇ ਤੁਸੀਂ ਆਪਦੇ ਵੱਲੋਂ ਪੋਜ਼ਿਟਿਵਿਟੀ ਦਿਆ ਕਰੋ ਕਿਉਂਕਿ ਜੇ ਤੁਸੀਂ ਆਪਣਾ ਸਾਥ ਦਵੋਗੇ ਤੇ ਤਾਂ ਹੀ ਵੀਰੋ ਆਪਾਂ ਨਾ ਮਤਲਬ ਡੈਰੀ ਫਾਰਮ ਦੇ ਜੋ ਬਰੀਕੀ ਚੀਜ਼ਾਂ ਨੇਗੀਆਂ ਤੁਹਾਡੇ ਤੱਕ ਪਹੁੰਚਾਵਾਂਗੇ
ਤੇ ਕਿਸਾਨ ਭਰਾਵੋ ਮਿਲਾਂਗੇ ਕੋਈ ਹੋਰ ਨਵੀਂ ਇਨਫੋਰਮੇਸ਼ਨ ਦੇ ਨਾਲ। ਉਦੋਂ ਤੱਕ ਲਈ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ।